ਜੋ ਉਹਨਾਂ ਦਾ ਵਿਗਲ ਵੱਜ ਚੁੱਕਾ ਹੈ ਦੇਸ਼ ਭਰ ਵਿੱਚ ਤਿਆਰੀਆਂ ਚੱਲ ਰਹੀਆਂ ਨੇ ਅੱਜ ਤੁਹਾਨੂੰ ਮਲਾਵਾਂਗੇ ਲੁਧਿਆਣਾ ਤੋਂ ਪਹਿਲੀ ਵਾਰ ਚੁਣੇਗੇ ਮਹਿਲਾ ਮੈਂਬਰ ਪਾਰਲੀਮੈਂਟਰ ਜਿੰਦਰਕੌਰ ਬਲਾਰਾ ਜੀ ਦੇ ਨਾਲ ਜਿਹੜੇ ਕਿ 133000 ਵੋਟਾਂ ਦੇ ਤਕਰੀਬਨ ਤਕਰੀਬਨ ਫਰਕ ਨਾਲ ਜਿੱਤੇ ਸੀ ਮੈਮ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਲਿਵਿੰਗ ਇੰਡੀਆ ਨੀ ਉਤੇ ਥੈਂਕ ਯੂ ਜੀ ਅੱਛਾ ਮੈਮ 1999 ਕਹਿੰਦੇ ਕਾਫੀ ਕਾਲਾ ਦੌਰ ਸੀ ਜਿਸ ਸਮੇਂ ਜਿਹੜੀਆਂ ਇਲੈਕਸ਼ਨ ਹੋਈਆਂ ਸੀ ਕਿਸ ਤਰ੍ਹਾਂ ਦੇ ਹਾਲਾਤ ਸੀ ਕਿਸ ਤਰ੍ਹਾਂ ਜਿਹੜੀ ਤੁਹਾਨੂੰ ਟਿਕਟ ਜਿਹੜੀ ਆ ਦਿੱਤੀ ਮੈਨੂੰ ਤਾਂ ਡਿਕਟੇਸ਼ਨ ਹੀ ਦਿੱਤੀ ਨਾ ਜਿਵੇਂ ਪਾਰਟੀ ਦੇ ਜਿਹੜੇ ਪ੍ਰਧਾਨ ਸੀ ਸਿਮਰਨਜੀਤ ਸਿੰਘ ਮਾਨ ਤੇ ਉਹ ਉਹਨਾਂ ਦੇ ਐਕਟਿੰਗ ਪ੍ਰਧਾਨ ਸੀਗੇ ਬਾਬਾ ਜੀ ਜਗਿੰਦਰ ਸਿੰਘ ਰੋਡੇ ਤੇ ਉਹ ਉਹ ਸਾਰੇ ਕਮਾਂਡ ਜਿਹੜੀ ਸੀ ਇਲੈਕਸ਼ਨ ਦੀ ਉਹ ਉਹਨਾਂ ਦੇ ਹੱਥ ਵਿੱਚ ਸੀ ਉਹਨਾਂ ਨੇ ਮੈਨੂੰ ਪ੍ਰਪੋਜ਼ ਕੀਤਾ ਵੀ ਤੇ ਆਪਣੇ ਜਿਵੇਂ ਨਾਰੰਗਵਾਲ ਸਾਹਿਬ ਤੇ ਇਦਾਂ ਚਾਰ ਆਦਮੀ ਭੇਜੇ ਵੀ ਬੀਬੀ ਨੂੰ ਕੋਪੀ ਇਲੈਕਸ਼ਨ ਲੜੇ ਅੱਛਾ ਜੀ ਤੇ ਜਦੋਂ ਆਏ ਵੀ ਤੇ ਮੈਂ ਕਿਹਾ ਵੀ ਮੈਂ ਕਿੱਥੇ ਇਲੈਕਸ਼ਨ ਮੈਂ ਤਾਂ ਇੱਕ ਸਿੰਪਲ ਵੀ ਹਾਊਸ ਵਾਈਫ ਹਾਂ ਵੀ ਮੈਂ ਨਹੀਂ ਬੇਸ਼ੱਕ ਮੇਰੀ ਐਜੂਕੇਸ਼ਨ ਬੀਏ ਵੀ ਹੈ ਨਾ ਹਾਂ ਤੇ ਮੈਂ ਕਿਹਾ ਵੀ ਨਹੀਂ ਮੈਂ ਤਾਂ ਨਹੀਂ ਪਰ ਉਹ ਕਹਿੰਦੇ ਨਹੀਂ ਤਾਂ ਬਾਬਾ ਜੀ ਨੇ ਕਿਹਾ ਤਾਂ ਲੜਨੀ ਪੈਣੀ ਚਲੋ ਫਿਰ ਸਲਾਹ ਕਰਕੇ ਮੇਰੇ ਬ੍ਰਦਰਸ ਨਾਲ ਜਾਂ ਆਪਣੇ ਇਥੇ ਇਨ-ਲੋਸ ਦੇ ਨਾਲ ਤਾਂ ਫਿਰ ਤਿਆਰੀ ਕਰ ਲਈ ਉਸ ਸਮੇਂ ਕਹਿੰਦੇ ਕਿ ਲੋਕ ਵੀ ਵੋਟਾਂ ਪਾਉਣ ਵਾਸਤੇ ਘਟ ਨਿਕਲਦੇ ਸਨ ਕਿਤੇ ਵੱਡਾ ਡਰ ਹੁੰਦਾ ਸੀ ਤੁਸੀਂ ਜਦੋਂ ਕਾਗਜ਼ ਭਰ ਗਏ ਜਾਂ ਅੱਗੇ ਪਿੱਛੇ ਕਿੰਨੀਆਂ ਕਿ ਜਿਹੜਾ ਕਿਸ ਤਰ੍ਹਾਂ ਦੇ ਹਾਲਾਤ ਰਹੇ ਨੇ ਕਿੰਨਾ ਕ ਜਦੋਂ ਕਾਗਜ਼ ਭਰਨ ਗਏ ਉਦੋਂ ਤਾਂ ਬਹੁਤ ਥੋੜੇ ਸੀਗੇ ਕੋਈ ਲੱਗਦਾ ਹੀ ਨਹੀਂ ਸੀ ਵੀ ਇਹ ਕੋਈ ਇਲੈਕਸ਼ਨ ਵਾਲੀ ਗੱਲ ਹੈਗੀ ਹੈ ਕਿਉਂਕਿ ਜਿਹੜੇ ਉਹਨੋਂ ਬਾਦਲ ਕੇ ਸੀਗੇ ਪਰਿਵਾਰ ਨੇ ਤਾਂ ਰਾਜਨੀਤੀ 'ਚ ਇੰਨੇ ਸਾਲਾਂ ਦੇ ਚੱਲੇ ਆਉਂਦੇ ਸੀ ਤੇ ਜੇ ਵੇਖਿਆ ਜਾਵੇ ਤੇ ਬਾਬਾ ਜੀ ਜਗਿੰਦਰ ਸਿੰਘ ਉਹਨਾਂ ਨੇ ਵੀ ਰਾਜਨੀਤੀ ਦਾ ਵਕਤ ਥੋੜਾ ਹੀ ਕੀਤਾ ਸੀ ਕਿਉਂਕਿ ਉਹ ਤਾਂ ਜ਼ਿਆਦਾ ਧਾਰਮਿਕ ਹੀ ਸ਼ਖਸੀਅਤ ਸੀਗੀ ਹਾਂਜੀ ਤੇ ਫਿਰ ਉਹਨਾਂ ਨੇ ਹੀ ਭੇਜਿਆ ਸੀ ਕਿ ਬਈ ਬੀਬੀ ਨੂੰ ਲੜਾਉਣੀ ਹੈ ਚੋਣ ਤਾਂ ਫਿਰ ਅਸੀਂ ਹਾਂ ਕਰ ਦਿੱਤੀ ਫਿਰ ਚੋਣ ਲੜੀ ਫਿਰ ਜਿੱਥੇ ਉਸ ਹੋਜੇ ਦੇ ਵਿੱਚ 134000 ਵਧ ਵੋਟ ਨਾਲ ਮੈਂ ਜਿੱਤੀ ਹਾਂ ਜੋ ਕਿ ਅੱਜ ਤੱਕ ਰਿਕਾਰਡ ਹੈ ਤੇ ਨਾ ਕੋਈ ਲੇਡੀ ਵੀ ਫਰਸਟ ਮੈਂ ਹੀ ਸੀਗੀ ਨਾ ਕੋਈ ਲੇਡੀ ਹੋਰ ਅੱਜ ਤੋ ਪਿੱਛੋਂ ਆਈਵੇਂ ਨਾ ਕਿਸੇ ਨੇ ਨੀਆਂ ਜੈਂਟਸ ਨੇ ਵੀ ਮਨ ਕਿਸੇ ਨੇ ਰਿਕਾਰਡ ਨਹੀਂ ਤੋੜਿਆ ਅੱਛਾ ਲੁਧਿਆਣੇ ਦੀ ਗੱਲ ਕਰੀਏ ਤਾਂ ਕਿ ਲੁਧਿਆਣੇ ਤੋਂ ਤੁਸੀਂ ਮੈਂਬਰ ਪਾਰਲੀਮੈਂਟ ਬਣੇ ਹੋ ਕਿਸ ਤਰ੍ਹਾਂ ਦੇਖਦੇ ਹੋ ਲੁਧਿਆਣੇ ਦੀ ਸਿਆਸਤ ਨੂੰ ਲਗਾਤਾਰ ਮੈਂਬਰ ਪਾਰਲੀਮੈਂਟ ਤਾਂ ਬਦਲਦੇ ਰਹੇ ਨੇ ਪਰ ਜਿਹੜੇ ਮੁੱਦੇ ਨੇ ਉੱਥੇ ਹੀ ਖੜੇ ਨੇ ਕਹ ਲੀਏ ਵਿਕਾਸ ਦੀ ਗੱਲ ਕਰ ਲਈ ਜਾਂ ਕੋਈ ਹੋਰ ਨਹੀਂ ਵਿਕਾਸ ਵਾਲੇ ਪਾਸੇ ਕੋਈ ਆਉਂਦਾ ਹੀ ਨਹੀਂ ਹਾਂਜੀ ਹਾਂਜੀ ਹੁਣ ਤਾਂ ਜਦੋਂ ਅਸੀਂ ਸਾਡਾ ਦੌਰ ਸੀ ਨਾ 89 ਦਾ ਉਦੋਂ ਕੋਈ ਐਮਪੀ ਨੂੰ ਪੈਸਾ ਨਹੀਂ ਸੀ ਮਿਲਦਾ ਅੱਛਾ ਜੀ ਹੁਣ ਤਾਂ ਬਹੁਤ ਪੈਸੇ ਮਿਲਦੇ ਨੇ ਵੀ ਡਿਵੈਲਪਮੈਂਟ ਕਰੋ ਇਲਾਕੇ ਦੀ ਪਰ ਕੋਈ ਕੋਈ ਦਿਖਦੀ ਨਹੀਂ ਵੀ ਹੁਣ ਆਪਣੇ ਲੁਧਿਆਣੇ ਜੀ ਵੇਖ ਲਓ ਦੋ ਵਾਰ ਅ ਅਲੀਵਾਲ ਫਿਰ ਅਸ਼ਰਜੀਤ ਢਿੱਲੋਂ ਤੇ ਸਾਡੇ ਵੇਰੀ ਤਾਂ ਮਿਲਦਾ ਹੀ ਨਹੀਂ ਸੀ ਕੁਝ ਦੇਖੋ ਕਿੰਨੀ ਕੀ ਡਵੈਲਪਮੈਂਟ ਹੋਈ ਹੈ ਕੁਝ ਵੀ ਨਹੀਂ ਜੇ ਵੇਖਿਆ ਜਾਏ ਤਾਂ ਅੱਛਾ ਜੇਕਰ ਗੱਲ ਕੀਤੀ ਜਾਵੇ ਜਦੋਂ ਤੁਸੀਂ 89 ਦੇ ਵਿੱਚ ਇੱਕ ਮਹਿਲਾ ਮੈਂਬਰ ਪਾਰਲੀਮੈਂਟ ਬਣੇ ਹੋ ਕੀ ਕਾਰਨ ਮੰਨਦੇ ਹੋ ਵੀ ਉਸ ਤੋਂ ਬਾਅਦ ਵਿੱਚ ਮਹਿਲਾਵਾਂ ਨੂੰ ਮੌਕੇ ਹੀ ਨਹੀਂ ਮਿਲਿਆ ਜਦ ਕਿ ਲੁਧਿਆਣਾ ਜਿਹਨੂੰ ਅਸੀਂ ਮਾਂਚੈਸਟਰ ਆਫ ਇੰਡੀਆ ਵੀ ਕਹਿੰਦੇ ਆ ਅਸੀਂ ਇਹਨੂੰ ਇੰਡਸਟਰੀ ਦਾ ਹੱਬ ਵੀ ਕਹਿੰਦੇ ਆ ਵੱਡੀ ਗਿਣਤੀ 'ਚ ਮਹਿਲਾਵਾਂ ਜਿਹੜੀਆਂ ਬੜੀਆਂ ਲਿਖੀਆਂ ਹੋਈਆਂ ਨੇ ਹਾਂਜੀ ਪਤਾ ਨਹੀਂ ਕੋਈ ਐ ਉੱਠੀ ਨਹੀਂ ਕੋਈ ਲੇਡੀ ਵੀ ਮੈਨੂੰ ਟਿਕਟ ਦਿਓ ਹਾਂ ਕੋਈ ਅਜ ਤੱਕ ਕਿਸੇ ਨੇ ਇਹ ਡਿਮਾਂਡ ਹੀ ਨਹੀਂ ਕੀਤੀ ਲੁਧਿਆਣੇ ਤੋਂ ਹਾਂਜੀ ਨਹੀਂ ਉੱਠੀ ਨਹੀਂ ਜਾਂ ਉੱਠੜੀ ਨਹੀਂ ਦਿੱਤਾ ਹੈ ਇਹ ਸਮਝ ਲਓ ਵੀ ਉੱਠਣ ਹੀ ਨਹੀਂ ਦਿੱਤਾ ਕਿਉਂਕਿ ਜੈਂਸੀ ਮੂਰੇ ਆ ਜਾਂਦੇ ਨੇ ਉਹੀ ਆਪਣਾ ਵੀਓ ਕਰਦੇ ਆ ਹਾਂ ਉਸ ਸਮੇਂ ਦੀ ਰਾਜਨੀਤੀ ਤੇ ਅੱਜ ਦੀ ਰਾਜਨੀਤੀ ਦੇ ਵਿੱਚ ਕਿੰਨਾ ਕੁ ਫਰਕ ਆ ਜੇਕਰ ਗੱਲ ਕੀਤੀ ਜਾਵੇ ਕਿਉਂਕਿ ਹੁਣ ਤਾਂ ਜੇਕਰ ਦੇਖਦੇ ਹਾਂ ਅਸੀਂ ਰਾਜਨੀਤੀ ਦੇ ਵਿੱਚ ਜਿਹੜੀ ਲੈਂਗੁਏਜ ਦੀ ਗੱਲ ਕਰ ਲਈ ਜਾਂ ਪਾਰਲੀਮੈਂਟ ਚ ਵੀ ਦੇਖਦੇ ਆ ਵੀ ਬੜਾ ਹੰਗਾਮਾ ਜਾਂ ਫਿਰ ਹਾਂਜੀ ਬਹੁਤ ਫਰਕ ਹੈ ਉਦੋਂ ਕੁਝ ਇੰਨਾ ਨਹੀਂ ਸੀਗਾ ਜਿਵੇਂ ਹੁਣ ਤਾਂ ਬਹੁਤ ਜ਼ਿਆਦਾ ਹੰਗਾਮਾ ਹੁੰਦਾ ਹੈ ਨਾ ਨਹੀਂ ਇਹ ਵੀ ਨਹੀਂ ਦੇਖਦੇ ਵੀ ਸਾਰਾ ਦੁਨੀਆ ਦੇ ਲੈਵਲ ਤੇ ਦੇਖ ਰਹੀ ਹੈ ਕਿ ਕਿਸ ਤਰ੍ਹਾਂ ਦੇ ਉੱਥੇ ਆਪਸ ਵਿੱਚ ਵਰਤਾਓ ਮਾੜਾ ਹੀ ਹੈ ਹਾਂ ਪਾਰਲੀਮੈਂਟ ਹਾਊਸ ਵਿੱਚ ਵੀ ਅੱਛਾ ਕਿੱਦਾਂ ਦੀ ਫਿਰ ਜਦੋਂ ਤੁਸੀਂ ਕਾਗਜ਼ ਭੰਨ ਗਏ ਸੀ ਕਹਿੰਦੇ ਉਸ ਸਮੇਂ ਫੰਡਿੰਗ ਪੂਰੀ ਸੀ ਤੁਹਾਡੇ ਕੋਲੇ ਪੈਸੇ ਸਾਰੇ ਥੇਲਾ ਨਹੀਂ ਮੈਂ ਕੋਈ ਪੈਸਾ ਇੱਕ ਵੀ ਘਰੋਂ ਨਹੀਂ ਖਰਚਿਆ ਅੱਛਾ ਜੀ ਸਾਰੇ ਲੋਕਾਂ ਨੇ ਆਪ ਹੀ ਇਕੱਠੇ ਕੀਤੇ ਜਿਨੇ ਨੌ ਹਲਕੇ ਸੀਗੇ ਪਾਰਲੀਮੈਂਟ ਦੇ ਸਾਰੇ ਉਹ ਲੋਕ ਜਿਹੜੇ ਇਨਚਾਰਜ ਬਣੇ ਸੀਗੇ ਹਲਕਾ ਵਾਈਜ਼ ਉਹ ਉਹਨਾਂ ਦੇ ਹੱਥ 'ਚ ਕੰਟਰੋਲ ਹੁੰਦਾ ਸੀ ਜਿਵੇਂ ਜਿਹੜੇ ਵੀ ਪਿੰਡ 'ਚ ਜਾਈਦਾ ਸੀਗਾ ਕਈ ਵਾਰਾਂ ਤਾਂ ਦੋ ਦੋ ਵਾਰ ਤੋਲਦੇ ਸੀ ਸਿੱਕਿਆਂ ਨਾਲ ਅੱਛਾ ਜੀ ਤੇ ਪਰ ਉਹ ਤੇ ਫੰਡ ਵੀ ਦਿੰਦੇ ਸੀ ਉਹ ਸਾਰਾ ਅਸੀਂ ਉਸੇ ਇੰਚਾਰਜ ਨੂੰ ਹੀ ਦੇ ਆਉਂਦੇ ਸੀ ਅੱਛਾ ਜੀ ਇਲੈਕਸ਼ਨ ਲੜਨ ਤੋਂ ਸ਼ੁਰੂ ਤੋਂ ਐਂਡ ਤੱਕ ਬਸਿਆਂ ਨੂੰ ਬਣ ਰੱਖਣ ਦਾ ਵੀ ਕੰਮ ਉਹਨਾਂ ਲੋਕਾਂ ਦਾ ਸੀ ਇੰਚਾਰਜ ਦਾ ਹਲਕਾ ਵਾਈਸ ਉਹ ਆਪੇ ਇਕੱਠੇ ਕਰ ਲੈਂਦੇ ਸੀਗੇ ਪਿੰਡਾਂ ਦੇ ਲੋਕਾਂ 'ਚ ਇੱਛਾ ਬੜਾ ਸੀ ਕਿਉਂਕਿ ਕਿ ਪਹਿਲਾਂ ਗਵਰਨਰਰੀ ਰੂਲ ਸੀ ਨਾ ਹਾਂ ਇਸ ਵਾਸਤੇ ਉਹ ਲੋਕਾਂ 'ਚ ਉਤਸ਼ਾਹ ਬੜਾ ਸੀ ਵੀ ਇਲੈਕਸ਼ਨ ਹੋਣ ਲੱਗੀ ਹੈ ਮਸਾ ਅਜੇ ਉਸ ਸਮੇਂ ਹੁਣ ਤਾਂ 95 ਲੱਖ ਦੇ ਕਰੀਬ ਜਿਹੜਾ ਵਾ ਚੋਣ ਕਮਿਸ਼ਨ ਵੱਲੋਂ ਜਿਹੜਾ ਤੈਅ ਕਰ ਦਿੱਤਾ ਗਿਆ ਖਰਚਾ ਪਹਿਲਾਂ ਕਿੰਨੇ ਕ ਖਰਚੇ ਜਿਹੜੇ ਸੀਗੇ ਖਰਚੇ ਜਾਂਦੇ ਸੀ ਇੱਕ ਉਮੀਦਵਾਰ ਵੱਲੋਂ ਕਿੰਨਾ ਕ ਜਿਹੜਾ ਫੰਡ ਜਿਹੜਾ ਆਪਾਂ ਕਹਿ ਦਿੱ ਵੀ ਲਗਾਏ ਇਹ ਬੇਟਾ ਮੈਨੂੰ ਨਹੀਂ ਜਿਹੜੇ ਇੰਚਾਰਜ ਸੀ ਜਿਵੇਂ ਸਰਦਾਰ ਗਰੇਵਾਲ ਸਾਹਿਬ ਸੀਗੇ ਜਿ세 ਸਰ ਨਾਰੰਗਵਾਲ ਵਾਲੀ ਉਹਨਾਂ ਨੇ ਜੇ ਸੀ ਮੇਰੇ ਕਵਰਿੰਗ ਕੈਂਡੀਡੇਟ ਵੀ ਐ ਸੀ ਉਹਨਾਂ ਨੂੰ ਹੀ ਪਤਾ ਸੀ ਵੀ ਕਿੰਨਾ ਖਰਚਾ ਹੋਇਆ ਮੈਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਮੈਂ ਤਾਂ ਨਾ ਪੈਸਾ ਘਰੋਂ ਖਰਚਿਆ ਤੇ ਨਾ ਘਰ ਕੋਈ ਲਿਆਂਦਾ ਅੱਛਾ ਕਹਿੰਦੇ ਹੁਣ ਤਾਂ ਜਿੰਨਾ ਚੋਣ ਕਮਿਸ਼ਨ ਕਹਿੰਦਾ ਉਦੋਂ ਵੀ ਕਹਿੰਦੇ ਡੇਡਾ ਡੇਡਾ ਲੱਗ ਜਾਂਦਾ ਵਾ ਲੱਗ ਜਾਂਦਾ ਲੱਗਦਾ ਬਹੁਤ ਕਿਉਂਕਿ ਅੱਜ ਕੱਲ ਹੁਣ ਤੁਸੀਂ ਵੇਖੋ ਜਦੋਂ ਮੇਰੇ ਸਮੇਂ ਦੇ ਵਿੱਚ ਕੋਈ दारू ਨਹੀਂ ਸੀ ਪੀਂਦਾ ਹਾਂਜੀ ਮੁੰਡੇ ਫੈਡਰੇਸ਼ਨ ਵਾਲੇ ਸੀ ਇਹ ਅੱਗੇ ਮਤਲਬ ਹਜ਼ਾਰ ਸੈਂਕੜੇ ਦੀ ਗਿਣਤੀ 'ਚ ਮੋਟਰਸਾਈਕਲ ਦਾ ਕਾਫਲਾ ਪੂਰੇ ਹਾਂਜੀ ਫਿਰ ਕਾਰਾਂ ਆਂਦਾ ਵਿਚਾਲੇ ਮੇਰੀ ਗੱਡੀ ਕੋਈ ਆਪਦੇ ਘਰੋਂ ਰੋਟੀ ਖਾ ਕੇ ਆਉਂਦੇ ਜਾਂ ਲੰਗਰ ਤਾਂ ਆਪਾਂ ਚੱਲਦਾ ਹੀ ਸੀ ਇੱਥੇ ਤੇ ਆਪਣੇ ਆਪ ਦੇ ਘਰੋਂ ਹੀ ਜਿਵੇਂ ਸਾਰਾ ਕੁਛ ਉਤਿਲ ਡੀਜ਼ਲ ਸਭ ਕੁਝ ਪਵਾਉਂਦੇ ਆ ਆ ਮਤਲਬ ਵੀ ਇਸ ਵਾਸਤੇ ਬਹੁਤ ਖਰਚਾ ਪਤਾ ਹੀ ਨਹੀਂ ਕਿੰਨਾ ਹੋਇਆ ਕਿੰਨਾ ਨਹੀਂ ਕਿਉਂਕਿ ਉਹਨਾਂ ਲੋਕਾਂ ਨੇ ਕੀਤਾ ਅੱਛਾ ਜਿਸ ਤਰ੍ਹਾਂ ਤੁਸੀਂ ਰਾਜਨੀਤੀ ਸੀ ਹੁਣ ਤੁਹਾਡਾ ਕੋਈ ਪਰਿਵਾਰਕ ਮੈਂਬਰ ਰਾਜਨੀਤੀ 'ਚ ਹੈ ਜਾਂ ਨਹੀਂ ਹੈ ਨਹੀਂ ਹੈ ਤਾਂ ਅਸੀਂ ਹੈਗੇ ਮੇਰਾ ਬੇਟਾ ਵੀ ਵਾਈਸ ਪ੍ਰੈਜ਼ੀਡੈਂਟ ਰਿਹਾ ਹੈ ਹੁਣ ਵੀ ਉਹ ਹੈ ਅਹੁਦੇ ਦਿੱਤੇ ਹੋਏ ਨੇ ਪਰ ਉਹ ਵਗੈਰਾ ਇਹ ਚੋਣ ਨਹੀਂ ਲੜੀ ਬਸ ਇਹੀ ਹੋਇਆ ਕਿ ਤਾਂ ਥੋੜਾ ਜਆ ਆਪਣੇ ਕੰਮ ਕਰਦਾ ਹਾਂ ਕਾਰੋਬਾਰ ਹਾਂ ਕਾਰੋਬਾਰ ਦੇ ਵਿੱਚ ਧਿਆਨ ਤੇ ਫਿਰ ਰਾਜਨੀਤੀ ਦੇ ਵਿੱਚ ਫਿਰ ਸਾਰਾ ਕੁਝ ਛੱਡਣਾ ਪੈਂਦਾ ਹਾਂਜੀ ਹਾਂ ਪਰ ਸਾਡੀ ਉਹ ਫਿਤਰਤ ਨਹੀਂ ਵੀ ਪੈਸੇ ਕਿਸੇ ਟੰਗ ਨਾਲ ਕਮਾਈਏ ਜੋ ਵੈਗਰ ਉਹਨਾਂ ਦਿੱਤਾ ਹੈ ਆਪਦਾ ਜੱਦੀ ਜ਼ਮੀਨਾਂ ਜਾਇਦਾਦਾਂ ਨੇ ਸਭ ਕੁਝ ਹਾਂਜੀ ਬਸ ਉਹੀ ਸਾਡੇ ਕੋਲੇ ਹੈਗਾ ਅੱਛਾ ਹੁਣ ਚੋਣਾ ਆ ਗਿਆ ਨੇ ਕੀ ਲੋਕਾਂ ਨੂੰ ਕੀ ਸੁਨੇਹਾ ਜਿਸ ਤਰ੍ਹਾਂ ਚੋਣਾ ਦੇ ਵਿੱਚ ਵੀ ਕਿਸ ਤਰ੍ਹਾਂ ਜਿਹੜਾ ਉਮੀਦਵਾਰ ਜਿਹੜਾ ਉਹ ਚੋਣ ਨ ਕਰੇ ਵਧੀਆ ਚੰਗੇ ਉਮੀਦਵਾਰ ਨੂੰ ਵੋਟ ਪਾਉਣ ਜਿਹੜਾ ਜਿਹੜਾ ਵਿਕਾਸ ਦੇ ਕੰਮ ਕਰੇ ਜਾਂ ਫਿਰ ਵੋਟ ਪਾਉਣ ਲਈ ਘਰੋਂ ਨਿਕਲਣ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਤਾਂ ਚਲੋ ਵੋਟ ਪਾਉਣਾ ਡਰਾਉਂਦੇ ਹੁੰਦੇ ਸੀ ਜਾਂ ਵੋਟ ਨਹੀਂ ਪਾਉਣ ਦਿੰਦੇ ਸੀ ਪਰ ਹੁਣ ਤਾਂ ਲੋਕਾਂ ਕੋਲ ਅਧਿਕਾਰ ਹੈ ਨਹੀਂ ਵੋਟ ਤਾਂ ਪਾਉਣੀ ਚਾਹੀਦੀ ਏ ਹਾਂ ਵੋਟ ਤਾਂ ਪਾਉਣੀ ਚਾਹੀਦੀ ਕਿਉਂਕਿ ਤੇ ਫਿਰ ਇਹ ਵੀ ਆਸ ਰੱਖਦੇ ਆ ਕਿ ਜਿਹੜਾ ਕੋਈ ਐਮਪੀ ਬਣੇ ਲੁਧਿਆਣੇ ਦਾ ਤੇ ਕੋਈ ਵਿਕਾਸ ਵੀ ਕਰੇ ਹੁਣ ਤਾਂ ਆਪਣੇ ਰਵਨੀਤ ਬਿੱਟੂ ਰਹਿ ਗਿਆ ਹੁਣ ਤੁਸੀਂ ਵੇਖੋ ਕਿੱਥੇ ਕੋਈ ਵਿਕਾਸ ਹੈ ਆ ਹਾਂਜੀ ਹਾਂ ਇਸ ਤੋਂ ਪਹਿਲਾਂ ਹੁਣ ਅਲੀਵਾਲ ਹੋਣੀ ਜਾਂ ਸ਼ਰਨਜੀਤ ਢੱਲੋਂ ਵੀ ਵਾਰਲ ਦਲ ਵੱਲੋਂ ਤੇ ਕੋਈ ਕੋਈ ਖਾਸ ਕੋਈ ਵਿਕਾਸ ਤਾਂ ਹੈ ਨਹੀਂ ਅੱਛਾ ਇੱਕ ਮੈਮ ਇੱਕ ਸਵਾਲ ਰਹਿ ਗਿਆ ਸੀ ਕਹਿੰਦੇ ਕਿ ਇਲਜ਼ਾਮ ਮਾਰ ਜਿਹੜੇ ਨੇ ਇੱਕ ਦੂਸਰੇ ਉੱਪਰ ਵੱਡੇ ਵੱਡੇ ਇਲਜ਼ਾਮਤ ਲਗਾਉਂਦੇ ਨੇ ਹੁਣ ਕਹਿੰਦੇ ਜਿੱਦਾਂ ਪੰਜਾਬ ਦੇ ਵਿੱਚ ਜੇ ਗੱਲ ਕਰਦੇ ਆ ਪੰਜਾਬ ਚ ਵਿਜੀਲੈਂਸ ਦੀ ਗੱਲ ਕੀਤੀ ਜਾਂਦੀ ਹੈ ਕੇਂਦਰ ਦੀ ਗੱਲ ਕਰਦੇ ਆ ਤਾਂ ਈਡੀ ਦੀ ਗੱਲ ਕੀਤੀ ਜਾਂਦੀ ਹੈ ਕੀ ਲੱਗਦਾ ਕਿ ਜਿਹੜੇ ਇਲਜ਼ਾਮਤ ਲੱਗਦੇ ਨੇ ਉਹ ਸਿਰਫ ਰਾਜ ਸਿਆਸੀ ਨੀ ਕੁਛ ਤਾਂ ਥੋੜਾ ਬਾਤ ਹੁੰਦਾ ਹੈ ਕੋਈ ਮਾੜਾ ਮੋਟਾ ਫਿਰ ਕੁਛ ਚੁੱਕ ਵੀ ਲੈਂਦੇ ਨੇ ਪੋਲਿਟਿਕਸ ਜੇ ਬਹੁਤ ਮਾੜੀ ਗੱਲ ਹੈ ਹਾਂ ਵੀ ਮਰ ਚੁੱਕ ਲੈਂਦੇ ਨੇ ਗੱਲ ਬਹੁਤ ਚਾਹੇ ਹੋਵੇ ਵੀ ਨਾ ਕੁਛ ਇਸ ਤਰ੍ਹਾਂ ਦਾ ਚੱਲਦਾ ਰਹਿੰਦਾ ਨੀਚਾ ਦਿਖਾਉਣਾ ਇੱਕ ਦੂਜੇ ਨੂੰ ਰਾਜਨੀਤੀ ਤਾਂ ਵਿਸੇ ਬਹੁਤ ਸਾਡੇ ਵੇਲੇ ਤਾਂ ਸੀ ਰਿਸਪੈਕਟੇਬਲ ਪਰ ਹੁਣ ਤਾਂ ਤੁਸੀਂ ਵੇਖਦੇ ਹੀ ਹੋ ਵੀ ਕੀ ਹਸਾਬ ਕਿਤਾਬ ਹੈ ਅੱਜ ਕੱਲ ਜੋ ਦੌਰ ਖਾਨ ਪੀਂਦਾ दारू ਦੂਰੂ ਇਹ ਚੱਲਦਾ ਹੈ ਉਦੋਂ ਤਾਂ ਇਹ ਹੈ ਹੀ ਨਹੀਂ 79 ਅੱਛਾ ਇੱਕ ਮਹਿਲਾਵਾਂ ਨੂੰ ਕੀ ਸਨੇ ਆ ਤੁਸੀਂ ਖਾਸ ਤੌਰ ਤੇ ਕਿ ਮਹਿਲਾ ਲੁਧਿਆਣੇ ਤੋਂ ਰਹੇ ਹੋ ਮੈਂਬਰ ਪਾਰਲੀਮੈਂਟਲ ਮਹਿਲਾਵਾਂ ਨੂੰ ਕੀ ਸਨੇ ਆ ਕਿਉਂਕਿ ਜਿਆਦਾਤਰ ਅਸੀਂ ਦੇਖਿਆ ਬੇਸ਼ੱਕ ਕਾਰੋਬਾਰ ਵਿੱਚ ਵੱਡੇ ਕਾਰੋਬਾਰ ਦੇ ਵਿੱਚ ਮਹਿਲਾਵਾਂ ਦਾ ਨਾਮ ਆਉਂਦਾ ਲੁਧਿਆਣੇ ਦੇ ਤੇ ਰਾਜਨੀਤੀ ਦੇ ਲੈ ਕੇ ਕੀ ਵੀ ਜ਼ਰੂਰ ਚਾਹੀਦਾ ਹੈ ਜਿਵੇਂ ਸਾਡੀਆਂ 13 ਸੀਟਾਂ ਨੇ ਕਮ ਸਕਾ ਮ ਤੀਜਾ ਚੌਥਾ ਹੀ ਹਿੱਸਾ ਤਾਂ ਦਿਓ ਲੇਡੀਜ਼ ਨੂੰ ਕਿੰਨੀ ਉਹਨਾਂ ਦੀ ਵਾਦੀ ਲੇਡੀਜ਼ ਬਿਨਾ ਚੱਲਦਾ ਵੀ ਨਹੀਂ ਕੋਈ ਕੰਮ ਕਰਦਾ ਨਹੀਂ ਚੱਲਦਾ ਰਾਜਨੀਤੀ ਵੀ ਨਹੀਂ ਜਾਂਦੀ ਕਿਉਂਕਿ ਜੇ ਪਿੱਛੇ ਨਾ ਘਰ ਆਉਂਦਿਆਂ ਨੂੰ ਲੇਡੀ ਪੁੱਛੇ ਚਾਹ ਪਾਣੀ ਕਿਸੇ ਨੂੰ ਤੇ ਉਹ ਰਾਜਨੀਤੀ ਵੀ ਪਤੀ ਕਿਵੇਂ ਕਰ ਸਕਦਾ ਜੀ ਬਹੁਤ ਬਹੁਤ ਧੰਨਵਾਦ ਜੀ ਇੱਕ ਸਨ ਰਜਿੰਦਰ ਕੌਰ ਬਲਾਰਾ ਜਿਨ੍ਹਾਂ ਨੇ ਜਿਹੜੇ ਲੁਧਿਆਣਾ ਦੇ ਵਿੱਚ 1999 ਦੇ ਵਿੱਚ ਮੈਂਬਰ ਪਾਰਲੀਮੈਂਟ ਚੁਣੇ ਗਏ ਅਤੇ ਇਕਲੌਤੇ ਜਿਹੜੇ ਨੇ ਮਹਿਲਾ ਮੈਂਬਰ ਪਾਰਲੀਮੈਂਟ ਰਹੇ ਨੇ ਲੁਧਿਆਣਾ ਤੋਂ ਉਹਨਾਂ ਦਾ ਕਹਿਣਾ ਕਿ ਮਹਿਲਾਵਾਂ ਨੂੰ ਜ਼ਰੂਰ ਜਿਹੜੀ ਹੈ ਭਾਗੀਦਾਰੀ ਲੈਣੀ ਚਾਹੀਦੀ ਹੈ ਰਾਜਨੀਤੀ ਦੇ ਵਿੱਚ ਕਿਉਂਕਿ ਮਹਿਲਾਵਾਂ ਜਿਹੜੀਆਂ ਨੇ ਉਹ ਘਰ ਵੀ ਚਲਾਉਂਦਿਆਂ ਨੇ ਤੇ ਦੇਸ਼ ਦੇ ਵਿੱਚ ਚਲਾਉਣ ਦੇ ਵਿੱਚ ਵੀ ਜਿਹੜਾ ਵੱਡਾ ਯੋਗਦਾਨ ਪਾ ਸਕਦੇ ਨੇ ਲਿਵਿੰਗ ਇੰਡੀਆ ਨਿਊਜ਼ਲੀ ਲੁਧਿਆਣਾ ਤੋਂ ਰਾਜਵਿੰਦਰ